ਬਹੁਤ ਹੀ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ। ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਮੌਤ ਵੀ ਟੈਨਸ਼ਨ ਲੈਣ ਦੇ ਕਾਰਨ ਹੋਈ। ਜੀ ਹਾਂ, ਇੰਨੀ ਜ਼ਿਆਦਾ ਟੈਨਸ਼ਨ ਲੈ ਗਿਆ ਇਹ ਪੰਜਾਬੀ ਨੌਜਵਾਨ ਕਿ ਜਿਸ ਕਾਰਨ ਇਸਦੇ ਦਿਮਾਗ ਦੀ ਨਾੜੀ ਫਟ ਗਈ ਤੇ ਇਸਦੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਅਗਲੇ ਦਿਨ ਮੌਤ ਜਿਸ ਦਿਨ ਹੋਈ ਹੈ ਉਸ ਤੋਂ ਅਗਲੇ ਦਿਨ ਇਸਨੇ ਆਪਣੇ ਪਿੰਡ ਆਉਣਾ ਸੀ। ਫਲਾਈਟ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਤੱਕ ਬੁੱਕ ਸੀਗੀਆਂ, ਤਾਂ ਸਮਾਨ ਸਾਰੀ ਪੈਕਿੰਗ ਹੋ ਗਈ ਸੀ। ਦੁਪਹਿਰ ਕਰੀਬ 1 ਵਜੇ ਇਸ ਨੌਜਵਾਨ ਨੂੰ ਅਚਾਨਕ ਦਿਮਾਗ ਦੀ ਜਿਹੜੀ ਇਸਦੀ ਨਾੜੀ ਆ ਉਹ ਫਟ ਗਈ ਤੇ ਇਸਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮਸਰਾਲਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। 2019 ਦੇ ਵਿੱਚ ਕੈਨੇਡਾ ਗਿਆ ਸੀ, ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਰਹਿੰਦਾ ਸੀ, ਸਟੱਡੀ ਵੀਜ਼ੇ 'ਤੇ ਗਿਆ ਸੀ। 2023 ਯਾਨੀ ਕਿ ਇਸੇ ਸਾਲ ਘਰ ਪਰਿਵਾਰ ਨੂੰ ਮਿਲ ਕੇ ਗਿਆ ਹੈ ਅਤੇ 26 ਦਸੰਬਰ ਯਾਨੀ ਕਿ ਬੀਤੇ ਕੱਲ੍ਹ ਇਸਨੇ ਆਪਣੇ ਪਿੰਡ ਵਾਪਸ ਆਉਣਾ ਸੀ, ਪਰ ਰੱਬ ਨੂੰ ਹੋਰ ਹੀ ਕੁਝ ਮਨਜ਼ੂਰ ਸੀ। ਜਦ ਇਹਨੇ ਸਮਾਨ ਆਪਣਾ ਪੈਕ ਕੀਤਾ ਹੋਇਆ ਸੀ, ਸ਼ਾਮ ਵੇਲੇ ਫਲਾਈਟ ਫੜਨੀ ਸੀ ਇਸਨੇ, ਕਿ ਦੁਪਹਿਰ ਵੇਲੇ ਹੀ ਇਸਦੀ ਦਿਮਾਗ ਦੀ ਨਾੜੀ ਫਟ ਗਈ ਅਤੇ ਇਸਦੀ ਮੌਤ ਹੋ ਗਈ। ਨੌਜਵਾਨ ਦਾ ਨਾਮ ਅਮਨਪਾਲ ਸਿੰਘ ਦੱਸਿਆ ਜਾ ਰਿਹਾ ਹੈ, ਜੋ ਕਿ 2019 ਦੇ ਵਿੱਚ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਬ੍ਰੈਂਪਟਨ ਸ਼ਹਿਰ ਦੇ ਵਿੱਚ ਰਹਿੰਦਾ ਸੀ, ਸਟੱਡੀ ਪੂਰੀ ਹੋ ਚੁੱਕੀ ਸੀ, ਹੁਣ ਵਰਕ ਪਰਮਿਟ ਲੈ ਕੇ PR ਹੀ ਲੈਣੀ ਸੀ ਮੁੰਡੇ ਨੇ, ਕਿ ਪਹਿਲਾਂ ਹੀ ਉਸਦੀ ਮੌਤ ਹੋ ਗਈ। ਤਾਂ ਵੱਡੀ ਖਬਰ ਹੈ, ਉਸਨੇ ਘਰ ਵਾਪਸ ਆਉਣਾ ਸੀ, ਕੰਨਾਂ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ ਅਮਨਪਾਲ ਦੇ। ਅਚਾਨਕ ਜਦ ਉਹ ਸਮਾਨ ਪੈਕ ਕਰਕੇ ਜਦ ਪੰਜਾਬ ਦੇ ਲਈ ਉਸਨੇ ਫਲਾਈਟ ਫੜਨੀ ਸੀ ਤਾਂ ਉਸਦੇ ਅਚਾਨਕ ਕੰਨਾਂ ਦੇ ਵਿੱਚੋਂ ਖੂਨ ਆਉਣ ਲੱਗ ਗਿਆ, ਹੇਠਾਂ ਡਿੱਗ ਪਿਆ। ਬਾਅਦ ਦੇ ਵਿੱਚ ਜਦ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਮੌਤ ਦਾ ਕਾਰਨ ਬਣਿਆ ਸਟ੍ਰੈਸ। ਜੀ ਹਾਂ, ਟੈਨਸ਼ਨ ਲੈ ਗਿਆ ਸੀ ਇਹ ਪੰਜਾਬੀ ਨੌਜਵਾਨ, ਜਿਸ ਕਰਕੇ ਇਸਦੇ ਦਿਮਾਗ ਦੀ ਨਾੜੀ ਫਟ ਗਈ। ਤਾਂ ਵੱਡੀ ਖਬਰ ਹੈ, ਰੁਜ਼ਗਾਰ ਦੇ ਲਈ ਪੰਜਾਬ ਛੱਡ ਕੇ ਗਿਆ ਸੀ ਇਸੇ ਸਾਲ 26 ਦਸੰਬਰ ਨੂੰ, ਯਾਨੀ ਕਿ ਬੀਤੇ ਕੱਲ੍ਹ ਇਸਨੇ ਆਪਣੇ ਪਿੰਡ ਵਾਪਸ ਆਉਣਾ ਸੀ, ਫਲਾਈਟ ਦੀਆਂ ਟਿਕਟਾਂ ਤੱਕ ਬੁੱਕ ਸੀ, ਪਰ ਉਸੇ ਦਿਨ ਹੀ ਦੁਪਹਿਰ ਵੇਲੇ ਇਸਦੇ ਦਿਮਾਗ ਦੀ ਨਾੜੀ ਫਟ ਗਈ ਅਤੇ ਅਮਨਪਾਲ ਦੀ ਮੌਤ ਹੋ ਗਈ। ਇਸ ਤਰ੍ਹਾਂ ਹੀ ਸੀ, ਉਹ ਪਹਿਲਾਂ ਆਪਰੇਸ਼ਨ ਕਰਾ ਕੇ ਇੱਥੋਂ ਗਿਆ ਸੀ, 2 ਕੁ ਮਹੀਨੇ ਪਹਿਲਾਂ ਆਪਰੇਸ਼ਨ ਕਰਾ ਗਿਆ ਸੀ, ਉਹਦੇ ਕੰਨ ਦਰਦ ਫਿਰ ਦੁਬਾਰਾ ਸਟਾਰਟ ਹੋਈ। ਅਸੀਂ ਤਾਂ ਇਹੀ ਕਿਹਾ ਵੀ ਦੁਬਾਰਾ ਮੁੜਿਆ ਤੂੰ ਆ ਜਾ, ਕੋਈ ਗੱਲ ਨਹੀਂ। ਪਰ ਉਹ ਟਿਕਟ ਕਰਾਉਂਦਾ, ਕਦੀ 18 ਦੀ ਕਰਾ ਲਾ, ਕਦੀ 20 ਦੀ ਕਰਾ ਲਾ, ਉਸ ਤੋਂ ਬਾਅਦ ਉਹਨੇ 26 ਦੀ ਕਰਾਈ। 26 ਤੋਂ ਬਾਅਦ ਉਹਦੀ ਜਿਹੜੀ ਟੈਚੀ ਟੂਚੀ ਸਾਰੇ ਪੈਕ ਕਰ ਲਏ ਨੇ ਅਤੇ ਆਉਣ ਲੱਗਾ ਵਾ। ਉਹ ਆਉਂਦਾ ਵੀ ਮੈਨੂੰ ਉਲਟੀ ਜਿਹੀ ਆਈ ਹੈ, ਉਲਟੀ ਜਿਹੀ ਕੀਤੀ, ਉਸ ਤੋਂ ਬਾਅਦ ਉਹਨੂੰ ਅਟੈਕ ਆ ਗਿਆ ਵਾ ਅਤੇ ਉਸ ਤੋਂ ਬਾਅਦ ਉਹ ਐਂਬੂਲੈਂਸ ਆਈ ਹੈ, 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਹੈ। ਉਸ ਤੋਂ ਬਾਅਦ ਜੋ ਟ੍ਰੀਟਮੈਂਟ ਉੱਥੇ ਹੋਇਆ ਟੋਰਾਂਟੋ ਦੇ ਵਿੱਚ, ਉਹ ਡਾਕਟਰਾਂ ਨੇ ਕੀਤਾ, ਉਸ ਤੋਂ ਬਾਅਦ ਉਸਦੀ ਡੈਥ ਹੋ ਗਈ। ਕਿਹੜੀ ਸੰਨ 'ਚ ਗਿਆ ਸੀ? ਸੰਨ 2019 ਦੇ ਵਿੱਚ ਗਿਆ ਸੀ। ਕਿਹੜੀ ਸਿਟੀ 'ਚ? ਬ੍ਰੈਂਪਟਨ ਗਿਆ, ਬ੍ਰੈਂਪਟਨ ਗਿਆ ਸੀ। ਕਿੰਨੀ ਏਜ? ਕਿੰਨੀ? 24 ਸਾਲ ਦੀ ਏਜ ਜੀ। ਡੈਥ ਹੋਣ ਤੋਂ ਪਹਿਲਾਂ 1 ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ, ਉਸ ਤੋਂ ਬਾਅਦ ਉਹਦੀ ਕੋਈ ਗੱਲਬਾਤ, ਮੈਸੇਜ ਆਉਂਦੇ ਸੀ ਉਹਦੇ, ਉਸ ਤੋਂ ਬਾਅਦ ਮੈਸੇਜ ਆਉਣੇ ਵੀ ਬੰਦ ਹੋ ਗਏ। ਮੈਰਿਡ ਕਿ ਅਨਮੈਰਿਡ? ਅਨਮੈਰਿਡ। ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ, ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ ਨੂੰ? ਭਾਰਤ ਸਰਕਾਰ ਨੂੰ ਬਈ ਇਹ ਅਪੀਲ ਕਰਦੇ ਹਾਂ ਵੀ ਇੱਥੇ ਕੰਮ ਬਾਹਰ ਵਧੀਆ ਹੋਏ ਅਤੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ। ਜੇ ਇੱਥੇ ਕੰਮ ਨਹੀਂ ਤਾਂ ਫਿਰ ਬਾਅਦ 'ਚ ਬੱਚੇ ਧੱਕੇ ਖਾਂਦੇ ਬਾਹਰ ਤੁਰੇ ਫਿਰਦੇ ਨੇ, ਮਜਬੂਰੀਆਂ ਕਰਕੇ ਜਾਣਾ ਪੈਂਦਾ, ਉੱਦਾਂ ਕੋਈ ਲੋੜ ਨਹੀਂ। ਇਹੀ ਅਪੀਲ ਕਰਦੇ ਵੀ ਇੱਥੇ ਕੋਈ ਕਾਰੋਬਾਰ ਦੇ ਸਾਧਨ ਵਧੀਆ ਹੋਣ ਅਤੇ ਬੱਚਿਆਂ ਨੂੰ ਮਾਂ ਪਿਓ ਨੂੰ ਤੰਗੀਆਂ ਨਾ ਆਉਣ ਬਾਅਦ ਦੇ ਵਿੱਚ, ਇਹੀ ਅਪੀਲ ਕਰਦੇ ਹਾਂ। ਕੀ ਕਾਰਨ ਕਿ ਆਏ ਦਿਨ ਸਾਨੂੰ ਖਬਰਾਂ ਮਿਲਦੀਆਂ ਕਨੇਡਾ ਜਾਂ
ਫੋਰਨ ਕੰਟਰੀ ਤੋਂ ਐਸੀਆਂ ਮੰਦਭਾਗੀਆਂ ਘਟਨਾਵਾਂ ਹੋ ਰਹੀਆਂ, ਕੀ ਕਾਰਨ ਲੱਗਦਾ ਤੁਹਾਨੂੰ? ਇਹੀ ਕਾਰਨ ਆ ਜੀ, ਕੀ ਕਰਨਾ ਵੀ ਕੰਮ ਇੱਥੇ ਹੈ ਨਹੀਂ, ਉੱਥੇ ਵਿਚਾਰੇ ਬੱਚੇ ਧੱਕੇ ਖਾਂਦੇ ਫਿਰਨੇ, ਤੁਸੀਂ ਦੇਖ ਰਹੇ ਜੇ ਬਾਹਰ ਦੇ ਦੇਸ਼ਾਂ 'ਚ ਕਿਹੜਾ ਕੰਮ ਕੋਈ ਹੈਗਾ, ਹੈਗਾ ਕੋਈ ਕੰਮ ਤਾਂ ਹੈ ਨਹੀਂ ਆ ਜੀ। ਕਿਸੇ ਤੋਂ ਪੁੱਛ ਲਓ, ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲ ਰਿਹਾ, ਕੋਈ ਮੇਰਾ ਬੱਚਾ ਵਿਹਲਾ ਬੈਠਾ, ਕੋਈ ਕੁਛ ਕਰ ਰਿਹਾ ਜੀ। ਇੱਥੇ ਕੰਮ ਹੋਣ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ, ਇਹੀ ਅਪੀਲ ਕਰਦੇ ਹਾਂ ਸਰਕਾਰਾਂ ਨੂੰ।